ਮੋਹਾਲੀ ਦੇ ਵਿੱਚ ਚੱਲ ਰਿਹਾ ਦੰਗਾ ਰੋਕੂ ਵਾਹਨ ਹੈ ਜਿਹੜੇ ਵਾਟਰ ਕੈਨਨ ਹੈ ਇੱਥੇ ਖੜੇ ਕਰ ਦਿੱਤੇ ਗਏ। ਕੌਮੀ ਇਨਸਾਫ ਮੋਰਚਾ ਇੱਥੋਂ ਤਕਰੀਬਨ 700 ਤੋਂ 800 ਮੀਟਰ ਦੀ ਦੂਰੀ ਤੇ ਹੋਊਗਾ। ਇਹ ਦੰਗਾ ਰੋਕੂ ਵਾਹਨ ਤੇ ਨਾਲ ਦੀ ਨਾਲ ਵਾਟਰ ਕੈਨਨ ਵੀ ਇੱਥੇ ਖੜੇ ਕਰ ਦਿੱਤੇ ਗਏ। ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਇੱਥੇ ਤੈਨਾਤ ਕਰ ਦਿੱਤਾ ਗਿਆ ਤਾਂ ਜੋ ਕਿਸੇ ਕਿਸਮ ਦੀ ਘਟਨਾ ਜੇਕਰ ਹੁੰਦੀ ਹੈ, ਕਿਉਂਕਿ ਸਿੱਖ ਸਮਰਥਕ ਵੱਡੀ ਸੰਖਿਆ ਦੇ ਵਿੱਚ ਅੰਮ੍ਰਿਤਪਾਲ ਦੇ ਇੱਥੇ ਕੌਮੀ ਇਨਸਾਫ ਮੋਰਚਾ 'ਚ ਵੀ ਬੈਠੇ ਹੋਏ, ਇਸੇ ਦੇ ਚੱਲਦੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਵੀ ਇੱਥੇ ਤੈਨਾਤ ਕਰ ਦਿੱਤਾ ਹੈਗਾ। ਵਾਟਰ ਕੈਨਨ ਇੱਥੇ ਲਗਾਏ ਗਏ, ਦੰਗਾ ਰੋਕੂ ਵਾਹਨ ਲਗਾਏ ਗਏ ਆ, ਅਲੱਗ ਅਲੱਗ ਕਿਸਮ ਦੇ ਇੱਥੇ ਵਾਹਨ ਜਿਹੜੇ ਲਗਾਏ ਗਏ ਹੈਗੇ ਆ। ਪੁਲਿਸ ਵੱਡੀ ਸੰਖਿਆ ਦੇ ਵਿੱਚ ਇੱਥੇ ਤੈਨਾਤ ਕਰ ਦਿੱਤੀ ਗਈ ਹੈ, ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ, ਬੈਰੀਕੇਟਿੰਗ ਇੱਥੇ ਲਗਾ ਦਿੱਤੀ ਗਈ ਹੈ ਤਾਂ ਜੋ ਕਿਸੇ ਕਿਸਮ ਦੀ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ, ਜੇਕਰ ਕੌਮੀ ਇਨਸਾਫ ਮੋਰਚਾ ਤੋਂ ਭੀੜ ਇਕੱਠੀ ਹੋ ਕੇ ਕਿੱਧਰੋਂ ਨੂੰ ਜਾਂਦੀ ਹੈ ਤਾਂ ਉਸ ਨੂੰ ਕਾਬੂ ਕੀਤਾ ਜਾ ਸਕੇ। ਇਸੇ ਕਰਕੇ ਇੱਥੇ ਪਹਿਲਾਂ ਤੋਂ ਹੀ ਇੰਤਜ਼ਾਮਤ ਕਰਕੇ ਰੱਖ ਲਏ। ਲੰਬੀ ਪਲੈਨਿੰਗ ਪੁਲਿਸ ਦੀ, ਕੋਈ ਛੋਟੀ ਪਲੈਨਿੰਗ ਨਹੀਂ, ਲੰਬੀ ਪਲੈਨਿੰਗ ਪੁਲਿਸ ਨੇ ਕੀਤੀ ਹੋਈ ਸੀ, ਕਿਉਂਕਿ ਵਕਤ ਪਾਇਆ ਗਿਆ। SSP ਜਿਹੜੇ SP ਉੱਥੇ ਜ਼ਖਮੀ ਹੁੰਦੇ ਆ, ਪੁਲਿਸ ਕਰਮੀ ਜ਼ਖਮੀ ਹੁੰਦੇ ਆ, ਉਹ ਤਮਾਮ ਚੀਜ਼ਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਸਰਕਾਰ ਤੇ ਖੜੇ ਹੁੰਦੇ ਆ, ਕਿਉਂਕਿ ਅੰਮ੍ਰਿਤਪਾਲ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਜਾਂਦਾ, ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲੈ ਕੇ ਥਾਣੇ ਤੱਕ ਚਲੇ ਜਾਂਦੇ ਆ, ਜਨਾਲਾ ਥਾਣੇ ਤੱਕ ਜਾਂਦੇ ਆ, ਜਿਸ ਤੋਂ ਬਾਅਦ ਉੱਥੇ ਲਾਠੀ ਚਾਰਜ ਹਲਕਾ ਹੁੰਦਾ, ਪੁਲਿਸ ਨਾਲ ਮੁੱਠਭੇੜ ਹੁੰਦੀ ਹੈ। ਮੁੱਠਭੇੜ ਤੋਂ ਬਾਅਦ ਪੁਲਿਸ ਕਰਮੀ ਕਈ ਜ਼ਖਮੀ ਹੁੰਦੇ ਆ, ਹਾਲਾਂਕਿ ਪੁਲਿਸ ਵਧਾ ਇਹ ਕਹਿਣਾ ਸੀਗਾ ਉਸ ਮਾਮਲੇ ਦੇ ਵਿੱਚ ਕਿ ਉਹਨਾਂ ਵੱਲੋਂ ਕਿਸੇ ਕਿਸਮ ਦੀ ਕੋਈ ਲਾਠੀ ਨਹੀਂ ਮਾਰੀ ਗਈ, ਇਸੇ ਕਰਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਰਿਹਾ ਸੀਗਾ। ਇਸੇ ਦੇ ਚੱਲਦੇ ਕੋਈ ਬੇਅਦਬੀ ਨਾ ਹੋ ਜਾਵੇ, ਪੁਲਿਸ ਉੱਥੇ ਸ਼ਾਂਤ ਰਹਿੰਦੀ ਹੈ, ਪਰ ਅੱਜ ਪੁਲਿਸ ਸ਼ਾਂਤ